जिहड़ी वाइफ सी मरण वाले उहदे नाल इहदी फ्रेंडशिप सीगी बंदे दी ते उहदे नाल इहने ब्याह कराना चाहुंदा सी बट उहदा जिहड़ा हसबेंड सी उह लेडी दा जिहड़ा मृतक है उह उहनूं मना करदा सी कि तू मेरे घर मेरा ना आया कर ना मेरी वाइफ नाल फ्रेंडशिप रख ते वाइफ भी इनफैक्ट चाहती सी कि मैं अपने घर वाले नाल बट इहनूं सीगा कि घर वाला जे साइड ते हो जाए ते इहदे नाल मैं ब्याह करा सकदा इहदे नाल अगे जिंदगी बिता सकदा इस करके उहने इहदा मर्डर कर दित्ता। फेसबुक राही नौजवान की हुई दोस्ती व्योता जनानी नाल। नौजवान व्योता नाल घर वसाउणा चाहुंदा सी पर व्योता औरत वालों इनकार करन दे चलदे नौजवान ने ही करता औरत दे पति दा कतल। पटियाला तो एक मामला सामने आया जिथे विजय कुमार नाम के नौजवान का कतल करन तो बाद उसकी लाश नूं झाड़ियां विच सुट दिता गया जिस तो बाद पुलिस नूं 24 घंटिया के अंदर ही आरोपी नूं गिरफ्तार कर लिया गया। पुलिस अधिकारियों का कहना सी कि मृतक आरोपी की फेसबुक राही मृतक की पत्नी नाल दोस्ती हो गई ते आरोपी मृतक की पत्नी नाल घर वसाउणा चाहुंदा सी। मृतका की पत्नी वालों इनकार करन दे चलदे उस वालों ए वड्डी वारदात कीती गई। ਜੀਵਾਲ ਥਾਣੇ ਦੇ ਏਰੀਏ ਵਿੱਚ ਦਾ ਬੰਦੇ ਦਾ ਨਾਮ ਸੀ ਵਿਜੇ ਕੁਮਾਰ ਏਜ ਦੀ ਅਰਾਊਂਡ 40 ਸਾਲ ਸੀਗੀ। ਸੋ ਇਟ ਵਾਸ ਅ ਬਲਾਈਂਡ ਮਰਡਰ ਹਜੇ ਪਤਾ ਨਹੀਂ ਸੀ ਕਿ ਉਸ ਤੋਂ ਬਾਅਦ ਇਹਦੇ ਵਿੱਚ ਟੀਮ ਬਣਾਈ ਗਈ ਜਿਹੜੀ ਕਿ ਐਸਪੀ ਸਿਟੀ ਨੇ ਲੀਡ ਕੀਤੀ ਨਾਲ ਡੀਐਸਪੀ ਸਿਟੀ 2 ਸੀ ਐਸਐਚਓ ਬਖਸ਼ੀਵਾਲ ਸੀ। ਸੋ ਇਹਨਾਂ ਨੇ ਸਾਇੰਟੀਫਿਕ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਦੇ ਹੋਏ ਇਹਦੇ ਵਿੱਚ ਇੱਕ ਬੰਦਾ ਅਰੈਸਟ ਕਰ ਲਿਆ ਇੱਕ ਹੋਰ ਬੰਦਾ ਜਿਹੜਾ ਇਨਵੋਲਵ ਸੀਗਾ ਮਰਡਰ ਵਿੱਚ ਉਹਨੂੰ ਆਈਡੈਂਟੀਫਾਈ ਕਰ ਲਿਆ। ਜਿਹੜਾ ਇੱਕ ਬੰਦਾ ਅਰੈਸਟ ਕੀਤਾ ਗਿਆ ਉਹਦਾ ਨਾਮ ਹੈ ਵੀਰ ਸਿੰਘ ਉਹਦੀ ਉਮਰ ਹੈ ਅਰਾਊਂਡ 22 ਈਅਰਸ ਅਤੇ ਜਿਹੜਾ ਦੂਜਾ ਇਹਦਾ ਸਾਥੀ ਹੈ ਉਹ ਅਜੇ ਕੁਹਾੜਾ ਉਹਨੂੰ ਜਲਦੀ ਅਰੈਸਟ ਕਰ ਲਿਆ ਜਾਵੇ। ਜਿਹੜਾ ਰੀਜ਼ਨ ਹੈ ਇਹਨਾਂ ਦਾ ਜਿਹੜਾ ਮਰਡਰ ਇਹਨਾਂ ਨੇ ਕੀਤਾ ਉਹਦਾ ਕਾਰਨ ਜਿਹੜੀ ਇਹਦੀ ਵਾਈਫ ਸੀ ਮਰਨ ਵਾਲੇ ਉਹਦੇ ਨਾਲ ਇਹਦੀ ਫਰੈਂਡਸ਼ਿਪ ਸੀਗੀ ਬੰਦੇ ਦੀ ਅਤੇ ਉਹਦੇ ਨਾਲ ਇਹ ਵਿਆਹ ਕਰਾਉਣਾ ਚਾਹੁੰਦਾ ਸੀ ਬਟ ਉਹਦਾ ਜਿਹੜਾ ਹਸਬੈਂਡ ਸੀ ਉਹ ਲੇਡੀ ਦਾ ਜਿਹੜਾ ਮ੍ਰਿਤਕ ਹੈ ਉਹ ਉਹਨੂੰ ਮਨਾ ਕਰਦਾ ਸੀ ਕਿ ਤੂੰ ਮੇਰੇ ਘਰ ਮੇਰਾ ਨਾ ਆਇਆ ਕਰ ਨਾ ਮੇਰੀ ਵਾਈਫ ਨਾਲ ਫਰੈਂਡਸ਼ਿਪ ਰੱਖ ਤੇ ਵਾਈਫ ਵੀ ਇਨਫੈਕਟ ਚਾਹੁੰਦੀ ਸੀ ਕਿ ਮੈਂ ਆਪਣੇ ਘਰ ਵਾਲੇ ਨਾਲ ਬਟ ਇਹਨੂੰ ਸੀਗਾ ਕਿ ਘਰ ਵਾਲਾ ਜੇ ਸਾਈਡ ਤੇ ਹੋ ਜਾਏ ਤੇ ਇਹਦੇ ਨਾਲ ਮੈਂ ਵਿਆਹ ਕਰਾ ਸਕਦਾ ਇਹਦੇ ਨਾਲ ਅੱਗੇ ਜ਼ਿੰਦਗੀ ਬਿਤਾ ਸਕਦਾ ਇਸ ਕਰਕੇ ਉਹਨੇ ਇਹਦਾ ਮਰਡਰ ਕਰ ਦਿੱਤਾ। ਸੋ ਜਿਹੜਾ ਵੈਪਨ ਸੀਗਾ ਵੈਪਨ ਆਫ ਅਫੈਂਸ ਉਹ ਰਿਕਵਰ ਹੋ ਗਿਆ ਇੱਕ ਬੰਦਾ ਅਰੈਸਟ ਹੋ ਗਿਆ ਅਤੇ ਇੱਕ ਬੰਦਾ ਅਜੇ ਡਿਊਟੀ ਅਰੈਸਟ ਜਿਹੜਾ ਬੰਦਾ ਅਰੈਸਟ ਹੋਇਆ ਉਹਦਾ ਕੋਈ ਪ੍ਰੀਵੀਅਸ ਕ੍ਰਿਮੀਨਲ ਰਿਕਾਰਡ ਨਹੀਂ FIR ਹੈਗੀ ਆ ਉਹਦੇ 'ਤੇ ਜਿਹੜਾ ਕਿ ਉਹ ਲੜਾਈ ਝਗੜੇ 'ਚ ਅਤੇ ਦੂਜਾ ਜਿਹੜਾ ਬੰਦਾ ਉਹ ਯੈਟ ਟੂ ਬੀ ਅਰੈਸਟ ਕੀ ਕੰਮ ਕਰਦਾ ਸੀਗਾ ਜਿਹੜਾ ਬੰਦਾ ਮਰਿਆ ਉਹਦੇ ਜੂਸ ਦੀ ਰੇਹੜੀ ਸੀਗੀ ਅਤੇ ਜਿਹੜਾ ਅਕਿਊਜ਼ ਦਾ ਜਿਹੜਾ ਫੜਿਆ ਗਿਆ ਉਹ ਵਿਹਲਾ ਹੀ ਸੀਗਾ ਕੋਈ ਕੰਮ ਨਹੀਂ ਵਾਈਫ ਦੀ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਇੱਕ ਦੂਜੇ ਦੀ ਪ੍ਰੋਫਾਈਲ ਵਗੈਰਾ ਤੇ ਟੱਚ ਸੀਗੇ ਉਹ ਬਾਹਰ ਲਾ ਗਿਆ ਸਰ ਉਹਨੂੰ ਮਰਡਰ ਕਰ ਲਈ ਨਹੀਂ ਉਹ ਆਪਣੀ ਸ਼ਾਪ ਤੇ ਸੀ ਆਪਣੀ ਸ਼ਾਪ ਤੇ ਸੀ ਉੱਥੇ ਉਹ ਫਿਰ ਲੈ ਕੇ ਗਿਆ ਉਹਨੂੰ ਨਾਲ ਤੇ ਉੱਥੇ ਉਹਨੇ ਮਰਡਰ ਕਰ ਬਾਕੀ ਜੇ ਇਸ ਤੋਂ ਇਲਾਵਾ ਕੋਈ ਫੈਕਟ ਹੋਣਗੇ ਉਹ ਡਿਊਰਿੰਗ ਇਨਵੈਸਟੀਗੇਸ਼ਨ ਕਲੀਅਰ ਹੋ ਜਾਏ ਅੱਜ ਪੇਸ਼ ਕਰਾਂਗੇ ਅੱਜ ਪੇਸ਼ ਕਰਕੇ ਫਿਰ ਰਿਮਾਂਡ ਲਓ ਕਿੰਨੇ ਦਿਨ ਤੋਂ ਸੀ ਕਿੰਨੇ ਸਮੇਂ ਤੋਂ ਸੀ ਪੇਸ਼ ਕਰਾਂਗੇ ਉਹ ਤਾਂ ਡਿਊਰਿੰਗ ਇਨਵੈਸਟੀਗੇਸ਼ਨ ਕਲੀਅਰ ਹੋਊਗਾ ਕਿ ਕਦੋਂ ਹੋਇਆ ਸੀ ਬਿਕੋਜ਼ ਹਜੇ ਜਿਹੜੀ ਵਾਈਫ ਹੈ ਉਹ ਥੋੜ੍ਹੀ ਇਨ ਸ਼ੌਕ ਹੈ ਸੋ ਉਹਨੂੰ ਵੀ ਪੁੱਛਾਂਗੇ ਕੋਰੋਬਰੇਟ ਕਰਾਂਗੇ ਸਾਰੀਆਂ ਚੀਜ਼ਾਂ ਫਿਰ ਹੀ ਕਲੀਅਰ ਹੋਊਗਾ ਜਿਵੇਂ ਕੰਪਲੇਂਟ ਵਾਈਫ ਹੈ ਕਿਤੇ ਕੋਈ ਨਹੀਂ ਉਹ ਤਾਂ ਆਪ ਚਾਹੁੰਦੀ ਸੀ ਕਿ ਇਹ ਬੰਦਾ ਨਾ ਮੇਰੇ ਨਾਲ ਇਨ ਟੱਚ ਹੋਵੇ ਅਤੇ ਉਹਨੇ ਆਪਣੇ